हां जी दोस्तों स्वागत है ਤੁਹਾਡਾ ਇੱਕ ਹੋਰ ਤਾਜ਼ਾ ਵੱਡੀ ਖਬਰ ਦੇ ਵਿੱਚ ਅੱਜ ਧਰਨਾਂ ਤੇ ਕਿਸਾਨਾਂ ਦੇ ਨਾਲ ਡਟੇ ਪੰਜਾਬੀ ਗਾਇਕ ਪੂਰੀ ਖਬਰ ਕੀ ਹੈ ਜਾਣਨ ਦੇ ਲਈ ਵੀਡੀਓ ਪੂਰੀ ਅੰਤ ਤੱਕ ਦੇਖਦੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਪੰਜਾਬ ਵਿੱਚ ਅੱਜ ਇਸ ਸਮੇਂ ਇੱਕ ਵੱਡਾ ਮੁੱਦਾ ਗਰਮਾ ਚੁੱਕਿਆ ਹੈ ਉਹ ਹੈ ਕਿਸਾਨ ਬਿੱਲ ਦਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਵੱਲੋਂ ਵੀ ਭਾਰਮਾ ਹੰਗਾਰਾ ਮਿਲ ਰਿਹਾ ਤੇ ਪਰ ਅੱਜ ਪੰਜਾਬ ਦੇ ਬੰਜਾਰ ਬੰਦ ਪਹਿਨ ਸੜਕਾਂ ਤੇ ਆਵਾਜਾਈ ਬੰਦ ਪਈ ਹੈ ਤੇ ਥਾਂ-ਥਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਤੇ ਇਹਨਾਂ ਧਰਨਿਆਂ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਵੀ ਸ਼ਾਮਲ ਹੋ ਚੁੱਕੇ ਹਨ ਖੇਤੀ ਬਿੱਲਾਂ ਖਿਲਾਫ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ ਵਿੱਚ ਨਤਰ ਹਨ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਅਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਸਨ ਤੇ ਇਸ ਤੋਂ ਬਾਅਦ ਅੱਜ ਨਾਬਾ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਸਮਰਥਨ ਦੇਣ ਲਈ ਪੰਜਾਬੀ ਗਾਇਕਾ ਚੰਡੀਗੜ੍ਹ ਤੋਂ ਰਵਾਨਾ ਹੋਏ ਇਸ ਵਿੱਚ ਹਰਪਜਨ ਮਾਨ ਉਹਨਾਂ ਦਾ ਬੇਟਾ ਅਵਕਾਸ਼ ਮਾਨ ਕੁਲਵਿੰਦਰ ਬਿੱਲਾ ਸੈਭਜੋਤ ਇਸ ਤੋਂ ਇਲਾਵਾ ਰਣਜੀਤ ਬਾਵਾ ਤੇ ਰਵਨੀਤ ਸਣੇ ਹੋਰ ਵੀ ਜਿਹੜੇ ਕਿ ਤਰਸੀਮ ਜਸੜ ਵੱਡੇ ਵੱਡੇ ਕਲਾਕਾਰ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ ਪੰਜਾਬੀ ਗਾਇਕਾਂ ਵਿੱਚੋਂ ਹੋਰ ਵੀ ਵੱਡੇ ਗਾਇਕਾ ਸਿੱਪੀ ਗੱਲ ਅਤੇ ਹੋਰ ਵੀ ਕਈ ਵੱਡੇ ਕਲਾਕਾਰ ਸ਼ਾਮਲ ਹੋ ਚੁੱਕੇ ਹਨ ਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਸਿੱਧੂ ਮੂਸੇਵਾਲ ਦੇ ਨਾਲ ਆਰਨੇ ਤੇ ਇਸ ਤੋਂ ਇਲਾਵਾ ਅਮਰਤ ਮਾਨ ਅਤੇ ਕੋਰੇ ਵਾਲਾ ਮਾਨ ਅਤੇ ਹੋਰ ਵੀ ਵੱਡੇ ਗਾਇਕ ਅਤੇ ਲੀਡਰ ਸ਼ਾਮਲ ਹੋ ਚੁੱਕੇ ਹਨ ਤੇ ਇਸ ਵਿੱਚ ਸਮੂਲਿਤ ਕਰਕੇ ਲੋਕਾਂ ਨੂੰ ਇਸ ਦੇ ਖਿਲਾਫ ਅਵੇਅਰ ਕਰ ਰਹੇ ਹਨ ਤੇ ਪ੍ਰਦਰਸ਼ਨ ਕਾਲੇ ਬਿੱਲਾਂ ਦੇ ਖਿਲਾਫ ਕਰ ਰਹੇ ਹਨ ਤੇ ਇਸ ਵੱਡੀ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੀ ਚਾਰੇ ਪਾਸੇ WhatsApp Facebook ਤੇ ਤਾਂ ਕਿ ਵੱਡੀ ਖਬਰ ਦੀ ਜਾਣਕਾਰੀ ਹਰੇਕ ਪੰਜਾਬ ਵਸਤੱਕ ਪਹੁੰਚੇ ਧੰਨਵਾਦ